ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਟਾਈਮ ਅਸੀਂ ਲਾਈਵ ਹੋ ਰਹੇ ਹਾਂ ਟਿੱਕਰੀ ਬਾਰਡਰ ਦਿੱਲੀ ਤੋਂ। ਇਸ ਟਾਈਮ ਰਾਤ ਦੇ ਲਗਭਗ 10:30 ਵੱਜ ਚੁੱਕੇ ਆ ਅਤੇ ਸਾਡੇ ਕੋਲ ਹੁਣੇ ਕੁਛ ਮਾਤਾਵਾਂ ਭੈਣਾਂ ਪੰਜਾਬ ਤੋਂ ਪਹੁੰਚੀਆਂ ਸੀਗੀਆਂ, ਤੁਸੀਂ ਦੇਖ ਸਕਦੇ ਹੋ। ਅਤੇ ਰਾਤ ਨੂੰ ਸੌਣ ਦਾ ਇੰਤਜ਼ਾਮ ਨਹੀਂ ਸੀ ਇਹਨਾਂ ਦੇ ਕੋਲ। ਸਾਡੇ ਵਲੰਟੀਅਰ ਖਾਲਸਾ ਏਡ ਦੇ ਵਲੰਟੀਅਰ ਸਾਰੇ ਸਾਥੀ ਇਸ ਤਰੀਕੇ ਨਾਲ ਤੁਹਾਨੂੰ ਦਿਖਾਈਏ ਵੀ ਐਮਰਜੈਂਸੀ ਇੰਤਜ਼ਾਮ ਕਰਨਾ ਸੀਗਾ। ਅਸੀਂ ਪਰਾਲੀ ਵਿਛਾ ਕੇ, ਪਰਾਲੀ ਦਾ ਸਾਡੇ ਕੋਲ ਇੰਤਜ਼ਾਮ ਸੀਗਾ, ਤਰਪਾਲ ਵਿਛਾ ਕੇ, ਕੰਬਲ ਸਾਡੇ ਕੋਲ ਹੈਗੇ ਸੀਗੇ, ਪੂਰੇ ਗੱਦੇ ਨਹੀਂ ਸੀਗੇ ਇਸ ਟਾਈਮ ਕਿਉਂਕਿ ਨਾਈਟ ਹੋਣ ਕਰਕੇ ਪਹਿਲਾਂ ਸਾਰੇ ਗੱਦੇ ਅਸੀਂ ਵੰਡ ਚੁੱਕੇ ਸੀਗੇ ਦਿਨੇ। ਅਤੇ ਕਾਫੀ ਵੱਡੀ ਸੰਖਿਆ 'ਚ ਅੱਜ ਟਿੱਕਰੀ ਬਾਰਡਰ 'ਤੇ ਮਾਤਾਵਾਂ ਪਹੁੰਚੀਆਂ ਨੇ। ਸਾਰੇ ਵਲੰਟੀਅਰ ਆਪਣੀਆਂ ਸੇਵਾਵਾਂ ਨਿਭਾਉਂਦੇ ਹੋਏ ਮੈਂ ਤੁਹਾਡੇ ਨਾਲ ਹੁਣੀ ਗੱਲਾਂ ਬਾਤ ਵੀ ਕਰਾਉਣਾ। ਸਤਿ ਸ਼੍ਰੀ ਅਕਾਲ ਮਾਤਾ ਜੀ, ਕਿਹੜੀ ਜਗ੍ਹਾ ਤੋਂ ਪਹੁੰਚੇ ਮਾਤਾ ਜੀ ਤੁਸੀਂ? ਲੁਧਿਆਣੇ ਜ਼ਿਲ੍ਹੇ ਤੋਂ। ਕਿੱਡੀ ਵੱਡੀ ਗਿਣਤੀ 'ਚ ਆਏ ਹੋ ਤੁਸੀਂ ਲੁਧਿਆਣੇ ਤੋਂ? ਹਾਂਜੀ 28 ਜਾਣੇ ਆਏ ਜੀ। ਤੁਸੀਂ ਹੁਣ ਲੰਗਰ ਪ੍ਰਸ਼ਾਦਾ ਛਕ ਲਿਆ ਜੀ? ਠੀਕ ਹੈ ਜੀ, ਅਸੀਂ ਕੋਈ ਗੱਲ ਨਹੀਂ, ਤੁਸੀਂ ਬੇਫਿਕਰ ਹੋ, ਸੌਣ ਦਾ ਅਸੀਂ ਪੂਰਾ ਇੰਤਜ਼ਾਮ ਕਰ ਦਾਂਗੇ ਤੁਹਾਡੇ ਵਾਸਤੇ। ਕੰਬਲ ਵਗੈਰਾ ਸਾਡੇ ਕੋਲ ਸਾਰੀ ਚੀਜ਼ਾਂ ਅਵੇਲੇਬਲ ਹੈ ਅਤੇ ਗੱਦੇ ਹੈ ਨਹੀਂ ਸੀ ਕਰਕੇ ਥੋੜ੍ਹਾ ਜਿਹਾ ਇਹ ਟੈਂਪਰੇਰੀ, ਇੱਕ ਵਾਰੀ ਕੱਲ੍ਹ ਤੱਕ ਅਸੀਂ ਪੂਰਾ ਇੰਤਜ਼ਾਮ ਕਰ ਦਾਂਗੇ, ਕਿਸੇ ਤਰੀਕੇ ਦੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੰਦੇ। ਸਤਿ ਸ਼੍ਰੀ ਅਕਾਲ ਭੈਣ ਜੀ। ਆਹ ਸਾਰੀਆਂ ਮਾਵਾਂ ਭੈਣਾਂ ਸਾਰੀਆਂ ਇਹ ਹੁਣ ਪਹੁੰਚੀਆਂ ਨੇ। ਕਿੰਨੇ ਕੁ ਵਜੇ ਤੁਸੀਂ ਇੱਥੇ ਪਹੁੰਚੇ ਸੀਗੇ ਜੀ? ਅਤੇ ਤੁਸੀਂ ਪਹਿਲਾਂ ਨਹੀਂ ਇਨਫੋਰਮ ਕੀਤਾ ਸਾਨੂੰ? ਸਾਨੂੰ ਪਤਾ ਨਹੀਂ। ਅੱਛਾ, ਸਿੰਘੂ ਬਾਰਡਰ 'ਤੇ ਗਏ ਸੀਗੇ, ਠੀਕ ਹੈ। ਚਲੋ, ਇਹ ਤੁਸੀਂ ਦੇਖ ਸਕਦੇ ਹੋ ਕਿ ਬੜੇ ਜੋਸ਼ ਦੇ ਵਿੱਚ ਇੱਥੇ ਮਾਵਾਂ ਭੈਣਾਂ ਪੰਜਾਬ ਤੋਂ ਪਹੁੰਚ ਰਹੀਆਂ ਨੇ ਵੱਡੀ ਗਿਣਤੀ ਦੇ ਵਿੱਚ। ਇਸ ਤਰੀਕੇ ਨਾਲ ਅਸੀਂ ਆ ਕੰਬਲ ਲਾ ਕੇ ਅਤੇ ਥੋੜ੍ਹਾ ਹੋਰ ਵਧੀਆ ਤਰੀਕੇ ਨਾਲ ਐਡਜਸਟਮੈਂਟ ਕਰ ਰਹੇ ਹਾਂ। ਔਰ ਤੁਰ ਉੱਧਰ ਤੱਕ ਲਾ ਦਿਓ, ਜਿੰਨੇ ਗੱਦੇ ਹੈਗੇ ਗੱਦੇ ਵਿਛਾ ਦਿਓ, ਜਿੰਨੇ ਕੱਪੜੇ ਪਾਉਣੇ ਇਸ ਸਾਈਡ ਗੱਦੇ ਲਾ ਦਿਓ। ਕੁਛ ਗੱਦੇ ਸਾਡੇ ਕੋਲ ਅਵੇਲੇਬਲ ਸੀਗੇ, ਜਿਹੜੇ ਕਿ 5-6 ਗੱਦੇ ਹੁਣ ਬੱਚੇ ਸੀਗੇ ਜਿਹੜੇ, ਉਹ ਅਸੀਂ ਇੱਥੇ ਇੰਤਜ਼ਾਮ ਕਰ ਰਹੇ ਹਾਂ, ਸ਼ੈਲਟਰ ਬਣਾ ਕੇ ਦੇ ਰਹੇ ਹਾਂ। ਕਿਉਂਕਿ 10-15 ਮਿੰਟ ਪਹਿਲਾਂ ਹੀ ਸਾਨੂੰ ਪਤਾ ਲੱਗਿਆ ਸੀ, 10-15 ਮਿੰਟ ਪਹਿਲਾਂ ਹੀ ਸਾਨੂੰ ਦੱਸਿਆ ਵੀ ਇੱਥੇ ਭੈਣ ਜੀ ਹੁਣੇ ਆਏ ਆ ਅਤੇ ਇਹਨਾਂ ਦੇ ਸੌਣ ਨੂੰ ਜਗ੍ਹਾ ਹੈ ਨਹੀਂ ਗੀ ਸੇਫ, ਕਿਉਂਕਿ ਰਾਤ ਦਾ ਸਮਾਂ ਆ। ਹਾਂ ਵਧੀਆ, ਸਾਰੇ ਨਾ ਥੱਲੇ ਇਹਨਾਂ ਨੂੰ ਵਿਛਾ ਲਓ ਅਤੇ ਉੱਪਰ ਦਿਨ ਰਾਤ ਖਾਲਸਾ ਏਡ ਦੀ ਟੀਮ, ਖਾਲਸਾ ਏਡ ਦੇ ਵਲੰਟੀਅਰ ਆਪਣੀਆਂ ਸੇਵਾਵਾਂ ਨਿਭਾਉਂਦੇ ਹੋਏ 24 ਆਵਰ ਚਾਹ ਦਾ ਲੰਗਰ ਚੱਲਦਾ ਆ ਟਿੱਕਰੀ ਬਾਰਡਰ ਕੈਂਪ 'ਤੇ। ਕਿਸੇ ਤਰੀਕੇ ਦੀ ਵੀ ਮੁਸੀਬਤ, ਕਿਸੇ ਤਰੀਕੇ ਦੀ ਵੀ ਪਰੇਸ਼ਾਨੀ ਜਿਵੇਂ ਹੀ ਸਾਨੂੰ ਪਤਾ ਲੱਗਦੀ ਆ ਅਤੇ ਅਸੀਂ ਸੰਗਤ ਦੇ ਚਰਨਾਂ ਵਿੱਚ ਹਾਜ਼ਰ ਹੁੰਦੇ ਹਾਂ ਆਪਣੀ ਸੇਵਾ ਲੈ ਕੇ। ਕਿਉਂਕਿ ਰਾਤ ਕਾਫੀ ਹੋਣ ਕਰਕੇ ਪੋਸੀਬਲ ਨਹੀਂ ਸੀ ਵੀ ਕਿਤੋਂ ਗੱਦਿਆਂ ਦਾ ਅਰੇਂਜਮੈਂਟ ਹੋਵੇ ਅਤੇ ਇੱਕ ਵਾਰੀ ਟੈਂਪਰੇਰੀ ਰਾਤ ਲੰਘਾਉਣ ਵਾਸਤੇ ਅੱਜ ਦੀ ਰਾਤ ਸੁਰੱਖਿਅਤ ਲੰਘ ਜਾਏ, ਕਿਉਂਕਿ ਮੌਸਮ ਵੀ ਖਰਾਬ ਆ, ਵੈਦਰ ਬਰਸਾਤ ਦਾ ਦੱਸ ਰਹੀ ਹੈ ਵੀ ਬਰਸਾਤ ਵੀ ਆ ਸਕਦੀ ਹੈ ਰਾਤ ਨੂੰ। ਇੱਥੇ ਸ਼ੈੱਡ ਸੀਗਾ ਅਤੇ ਸ਼ੈੱਡ ਦੇ ਅੰਡਰ ਅਸੀਂ ਆ ਇੰਤਜ਼ਾਮ ਕਰਤਾ ਇੱਕ ਵਾਰੀ ਟੈਂਪਰੇਰੀ। ਕੰਬਲ ਵਗੈਰਾ ਸਾਡੇ ਕੋਲ ਅਵੇਲੇਬਲ ਹੈਗੇ ਆ, ਗੱਦੇ ਹੈ ਨਹੀਂ ਸੀਗੇ ਇਸ ਟਾਈਮ, ਦਿਨੇ ਅਸੀਂ ਗੱਦੇ ਵੰਡਤੇ ਸੀਗੇ ਇਸ ਕਰਕੇ। ਆ ਦੇਖੋ ਆਰਾਮ ਨਾਲ ਦੇ ਨਾਲ ਸਾਡੀਆਂ ਮਾਵਾਂ ਭੈਣਾਂ ਰਿਲੈਕਸ ਹੋ ਗਈਆਂ ਜਿਵੇਂ ਹੀ ਇਹਨਾਂ ਨੂੰ ਬੈਠਣ ਨੂੰ ਜਗ੍ਹਾ ਮਿਲ ਗਈ। ਆਹ ਦੇਖੋ
ਕੰਬਲ ਲਿਆ ਦੋ ਸਾਰਿਆਂ ਨੂੰ ਕੰਬਲ ਕੰਬਲ ਲਿਆ ਦਿਓ ਇੱਕ ਦੂਜੇ ਦੇ ਉੱਪਰ ਚੜਾ ਲਓ ਨਾ ਇਹਨਾਂ ਕੰਬਲ ਨੂੰ ਇਹ 15-20 ਮਿੰਟ ਦੇ ਵਿੱਚ ਹੀ ਲਗਭਗ 30 ਜਾਣਿਆਂ ਦੀ ਅਰੇਂਜਮੈਂਟ ਹੋ ਗਈ 10-15 ਮਿੰਟ ਦੇ ਵਿੱਚ ਹੀ ਚਾਹ ਦਾ ਲੰਗਰ ਸ਼ੈੱਡ ਦੇ ਵਿੱਚ ਤਿਆਰ ਆ ਬਾਹਰ ਚਾਹ ਜਦੋਂ ਮਰਜ਼ੀ ਤੁਸੀਂ ਸਾਰੀ ਰਾਤ ਚੱਲਦੀ ਰਹੂਗੀ ਚਾਹ ਦਾ ਲੰਗਰ ਤੁਸੀਂ ਲੈ ਸਕਦੇ ਹੋ ਠੀਕ ਹੈ ਚਾਹ ਪੀਣੀ ਹੈ ਨਾ ਅਤੇ ਸ਼ੈੱਡ ਦੇ ਵਿੱਚ ਰੈਡੀ ਹੈ ਚਾਹ ਚੱਲ ਰਹੀ ਹੈ ਉੱਥੇ ਜਾਂ ਕੈਂਪਰ ਇੱਕ ਕਿਟਲੀ ਇੱਥੇ ਲਿਆਓ ਕੱਪ ਦੀ ਕਿਟਲੀ ਇੱਥੇ ਲਿਆਓ ਇੱਥੇ ਲਿਆਓ ਕੰਬਲ ਡਬਲ ਡਬਲ ਦੇ ਦਿਓ ਕਿਉਂਕਿ ਰਾਤ ਨੂੰ ਅੱਜ ਬਰਸਾਤ ਦਾ ਮੌਸਮ ਆ ਕੰਬਲ ਠੰਡ ਲੱਗੂਗੀ ਹਾਂ ਖਾਲਸਾ ਏਡ ਦੇ ਵਲੰਟੀਅਰ ਆਪਣੀਆਂ ਸੇਵਾਵਾਂ ਨਿਭਾਉਂਦੇ ਹੋਏ ਬਿਲਕੁਲ ਮਾਤਾਵਾਂ ਸੁਰੱਖਿਅਤ ਅਤੇ ਠੰਡ ਤੋਂ ਬਚ ਗਈਆਂ ਸਾਡੀ ਕੋਸ਼ਿਸ਼ ਇਹ ਰਹਿੰਦੀ ਹੈ ਵੀ ਹਰ ਤਰੀਕੇ ਨਾਲ ਇੱਥੇ ਪਹੁੰਚੀ ਹੋਈ ਸਾਰੀ ਸੰਗਤ ਦੀ ਸੇਵਾ ਕੀਤੀ ਜਾਵੇ ਕਿਸੇ ਤਰੀਕੇ ਦੀ ਪਰੇਸ਼ਾਨੀ ਨਾ ਆਵੇ ਇਹ 10 ਮਿੰਟ ਪਹਿਲਾਂ ਇੱਥੇ ਕੋਈ ਇੰਤਜ਼ਾਮ ਨਹੀਂ ਸੀ 10 ਮਿੰਟਾਂ ਦੇ ਵਿੱਚ ਹੀ ਸਾਰੇ ਵਲੰਟੀਅਰਸ ਨੇ ਆਪਣੀ ਹਿੰਮਤ ਨਾਲ ਇੰਤਜ਼ਾਮ ਕਰ ਦਿੱਤੇ ਜੀ ਬਿਲਕੁਲ ਮਿਲ ਜਾਣਗੇ ਵੀਰ ਜੀ ਕੰਬਲ ਲੈਣ ਕੇ ਦਿਓ ਇਸੇ ਤਰੀਕੇ ਨਾਲ ਤੁਹਾਡੇ ਨਾਲ ਫਿਰ ਤੁਹਾਨੂੰ ਜੋ ਵੀ ਸਥਿਤੀ ਬਣਦੀ ਆ ਜਿਸ ਤਰੀਕੇ ਨੇ ਖਾਲਸਾ ਏਡ ਆਪਣੀ ਸੇਵਾ ਨਿਭਾ ਰਹੀ ਆ ਸੰਗਤ ਦੇ ਸਹਿਯੋਗ ਨਾਲ ਸੇਵਾਵਾਂ ਨਿਭਾ ਰਹੀ ਆ ਉਹਦੇ ਬਾਰੇ ਜਾਣੂ ਕਰਾਉਂਦੇ ਰਹਾਂਗੇ ਚਾਹ ਦੀ ਕੇਤਲੀ ਅਤੇ ਕੱਪ ਚੱਕ ਲਿਓ ਚਾਹ ਪੀਣੀ ਹੈ ਮਾਤਾਵਾਂ ਨੇ ਇੰਨੀ ਠੰਡ ਦੇ ਸਮੇਂ 'ਤੇ ਇੰਨੀ ਖਿਆਈ ਦੇ ਵਿੱਚ ਵੱਡੀ ਗਿਣਤੀ 'ਚ ਪਹੁੰਚ ਰਹੀਆਂ ਸਾਡੀਆਂ ਮਾਵਾਂ ਭੈਣਾਂ ਸੰਘਰਸ਼ ਦੇ ਵਿੱਚ ਅਤੇ ਸਾਡੇ ਵਲੰਟੀਅਰ ਇਹਨਾਂ ਨੇ ਮਾਤਾਵਾਂ ਕਹਿੰਦੀਆਂ ਚਾਹ ਪੀਣੀ ਹੈ ਅਤੇ ਬਿਲਕੁਲ ਨਾਲ ਦੀ ਨਾਲ ਹੀ ਚਾਹ ਦਾ ਲੰਗਰ ਪਹੁੰਚ ਗਿਆ ਇੱਥੇ ਇੱਕ ਇੱਕ ਭਰ ਕੇ ਬਸ ਸਾਰਿਆਂ ਨੂੰ ਦੇਈ ਚਲੋ ਸਰਵ ਕਰੀ ਚਲੋ ਸਾਡੇ ਖਾਲਸਾ ਏਡ ਦੇ ਵਲੰਟੀਅਰ ਸੇਵਾਵਾਂ ਨਿਭਾਉਂਦੇ ਹੋਏ ਸੇਵਾ ਕਰਦੇ ਹੋਏ ਦਿਨ ਰਾਤ ਬਿਨਾਂ ਥਕਾਵਟ ਤੋਂ ਪੂਰੀ ਇਮਾਨਦਾਰੀ ਨਾਲ ਆਪਣੀ ਸੇਵਾ ਦਿੰਦੇ ਹੋਏ ਖਾਲਸਾ ਏਡ ਦੇ ਵਲੰਟੀਅਰ ਪੂਰਾ ਸਮਰਪਣ ਸੰਗਤ ਅੱਗੇ ਸੰਪੂਰਨ ਸਮਰਪਣ ਕਰਦੇ ਹੋਏ ਇਸੇ ਤਰੀਕੇ ਨਾਲ ਤੁਹਾਡੇ ਨਾਲ ਫਿਰ ਜੋ ਮੌਕਾ ਸਥਿਤੀ ਦੇ ਹਿਸਾਬ ਨਾਲ ਗਰਾਊਂਡ ਜ਼ੀਰੋ ਦੀ ਰਿਪੋਰਟ ਹਮੇਸ਼ਾ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ